ਓਕੇ ਪੱਪੀ ਤੂੰ? ਹਾਂਜੀ ਮੈਂ। ਮੈਂ ਤਾਂ ਸੋਚਿਆ ਤੂੰ ਮੈਨੂੰ ਭੁੱਲ ਹੀ ਗਈ ਹੋਵੇਂਗੀ। ਹੋ ਸਕਦਾ ਭੁੱਲ ਜਾਂਦੀ ਥੋੜ੍ਹੇ ਟਾਈਮ ਤੱਕ, ਕਿਉਂਕਿ ਦਿਮਾਗ ਤਾਂ ਸਾਰਾ ਇਉਂ ਖਾਲੀ ਹੋ ਰਿਹਾ ਜਿਵੇਂ ਸਰੀਰ 'ਚੋਂ ਰੂਹ ਨਿਕਲ ਰਹੀ ਹੋਵੇ। ਚੱਲ ਛੱਡ, ਬੈਠ। ਹਾਂ ਮੈਂ ਸੁਣੀ ਆ ਤੇਰੀ ਕਹਾਣੀ। ਮੇਰੀ ਛੱਡ, ਤੂੰ ਸੁਣਾ ਕੀ ਚੱਲ ਰਿਹਾ ਅੱਜ ਕੱਲ੍ਹ, ਬੜੀ ਨਿਖਰੀ ਫਿਰਦੀ ਹੈ। ਹਾਂ ਇਸੇ ਨਿਖਰਦਾ ਤਾਂ ਮੁੱਲ ਪੈਂਦਾ, ਤਾਂ ਹੀ ਤਾਂ ਇੱਕ ਰਾਤ ਦਾ 10-10 ਹਜ਼ਾਰ ਰੁਪਏ ਕਮਾ ਲੈਂਦੇ ਹਾਂ। ਮਤਲਬ ਤੂੰ ਆਪਣੇ ਗਲਤ ਧੰਦੇ ਛੱਡੇ ਨਹੀਂ ਅਜੇ ਤੱਕ? ਮੇਰਾ ਬਿਜ਼ਨਸ ਤਾਂ ਦਿਨੋ ਦਿਨ ਹੋਰ ਵੀ ਵੱਡਾ ਹੋ ਗਿਆ। ਹੁਣ ਤਾਂ ਮੈਂ ਤੈਨੂੰ ਦੁੱਖਾਂ 'ਚੋਂ ਕੱਢਣ ਆਈ ਹਾਂ। ਜਦੋਂ ਮੈਂ ਦੁਖੀ ਹੁੰਦੀ ਸੀ ਮੇਰੀ ਵੀ ਤਾਂ ਕਿਸੇ ਨੇ ਬਾਂਹ ਫੜੀ ਸੀ। ਹੁਣ ਮੇਰਾ ਵੀ ਫਰਜ਼ ਬਣਦਾ ਹੈ ਕਿਸੇ ਦੁਖੀ ਦੀ ਬਾਂਹ ਫੜਾਂ ਅਤੇ ਉਸਨੂੰ ਸੁਖੀ ਕਰਾਂ। ਮੈਂ ਸਮਝੀ ਨਹੀਂ। ਦੇਖ ਕੁਲਜੀਤ, ਤੂੰ ਮੇਰੀ ਦੋਸਤ ਹੈ, ਛੱਡ ਦੀਨ ਦੁਖੀਆਂ ਵਾਲੀ ਜ਼ਿੰਦਗੀ ਬਤੀਤ ਕਰਨੀ। ਤੇਰੀ ਜਵਾਨੀ ਤਾਂ ਹਜੇ ਵੀ ਇੰਨੀ ਰੰਗਲੀ ਹੈ, ਤੈਨੂੰ ਤਾਂ ਕੋਈ ਵੀ ਧਨਾੜ ਲੱਖਾਂ ਰੁਪਈਆ ਦੇ ਸਕਦਾ। ਤਾਂ ਤੂੰ ਮੈਨੂੰ ਧੰਦੇ ਵਾਲੀ ਬਾਜ਼ਾਰੂ ਔਰਤ ਬਣਨ ਦੀ ਸਲਾਹ ਦੇਣ ਆਈ ਹੈ? ਨਹੀਂ ਨਹੀਂ, ਮੈਂ ਤਾਂ ਤੈਨੂੰ ਰਾਹ ਦੱਸਣ ਆਈ ਹਾਂ। ਆਪਦਾ ਨਹੀਂ ਤਾਂ ਘੱਟੋ ਘੱਟ ਇਹਨਾਂ ਬੱਚਿਆਂ ਬਾਰੇ ਸੋਚ। ਮੇਰੇ ਅੱਖੇ ਲੱਗੇਗੀ ਤਾਂ ਰਾਤੋ ਰਾਤ ਕੁੱਲੀ ਤੋਂ ਮਹਿਲਾਂ ਤੱਕ ਪਹੁੰਚੇਗੀ। ਜਿਹੜੇ ਮਹਿਲ ਇੱਜ਼ਤ ਆਬਰੂ ਵੇਚ ਕੇ ਬਣਦੇ ਆ, ਮੈਂ ਉਹਨਾਂ 'ਤੇ ਥੁੱਕਦੀ ਵੀ ਨਹੀਂ। ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਧੱਕੇ ਮਾਰ ਕੇ ਇੱਥੋਂ ਕੱਢਦਾ, ਚੰਗਾ ਇਹ ਹੋਊ ਕਿ ਤੂੰ ਆਪੇ ਚਲੀ ਜਾ। ਲੈ ਗੱਲਾਂ ਤਾਂ ਐਵੇਂ ਕਰਦੀ ਹੈ ਜਿਵੇਂ ਪਿੰਡ 'ਚ ਸਰਪੰਚ ਨਹੀਂ ਲੱਗੀ ਹੋਵੇ। ਸਾਰਾ ਪਤਾ ਮੈਨੂੰ ਤੇਰੇ ਬਾਰੇ, ਸਾਰਾ ਪਿੰਡ ਥੂ ਥੂ ਕਰਦਾ ਤੇਰੇ 'ਤੇ। ਇਹ ਤੋਂ ਪਹਿਲਾਂ ਕਿ ਮੈਂ ਤੇਰਾ ਸਿਰ ਪਾੜਦਾ, ਦਫਾ ਹੋ ਜਾ ਮੇਰੇ ਘਰ ਤੋਂ। ਜਾਨੀ ਆ, ਪਰ ਇੱਕ ਗੱਲ ਯਾਦ ਰੱਖੀ, ਪਛਤਾਏਗੀ ਬਹੁਤ। ਜੇ ਮੇਰੀ ਯਾਦ ਨਾ ਆਈ ਤਾਂ ਮੇਰਾ ਨਾਮ ਵੀ ਪੱਪੀ ਨਹੀਂ। ਬਾਈ ਬਦਨਾਮੀ ਤਾਂ ਉਹਦੀ ਮੈਂ ਬਹੁਤ ਕਰਾਤੀ ਹੈ, ਸਾਰੇ ਪਾਸੇ ਥੂ ਥੂ ਹੋਈ ਜਾਂਦੀ ਹੈ। ਤੇ ਰਹਿੰਦੀ ਖੁੰਦੀ ਕਸਰ ਪੱਪੀ ਨੇ ਪੂਰੀ ਕਰ ਦੇਣੀ ਹੈ। ਇਹ ਤਾਂ ਮਾਲਕੋ ਭਾਂਬੜ ਮੱਚਿਆ ਹੀ ਲੋ, ਤੇ ਉਸ ਭਾਂਬੜ ਨੂੰ ਠੰਡਾ ਮੈਂ ਕਰੂੰਗਾ। ਹੁਣ ਦੇਖੀ ਸ਼ੇਰਨੀ ਦਾ ਸ਼ਿਕਾਰ ਕਰਨ ਦਾ ਕਿੰਨਾ ਮਜ਼ਾ ਆਉਂਦਾ। ਇਹ ਗੱਲ ਤਾਂ ਸੱਚ ਹੈ ਬਾਈ। ਜੀ ਮੇਰੇ ਬੱਚੇ ਭੁੱਖੇ ਆ, ਰੱਬ ਦੇ ਵਾਸਤੇ ਮੈਨੂੰ ਕੁਝ ਖਾਣ ਨੂੰ ਦੇ ਦਿਓ। ਰੋਟੀ ਤਵਾ ਹੋ ਜਾ, ਇਥੋਂ ਚਲੀ ਜਾ। ਭੈਣ ਜੀ ਮੇਰੇ ਬੱਚੇ ਭੁੱਖੇ ਆ, ਰੱਬ ਦੇ ਵਾਸਤੇ ਮੈਨੂੰ ਕੁਝ ਖਾਣ ਨੂੰ ਦੇ ਦਿਓ। ਭਾਲਦੀ ਆ ਰੋਟੀਆਂ ਇੱਥੇ। ਭੈਣ ਜੀ ਮੇਰੇ ਬੱਚੇ ਨੂੰ ਬਹੁਤ ਤੇਜ਼ ਬੁਖਾਰ ਆ, ਉਹਨੇ 3 ਦਿਨ ਤੋਂ ਕੁਝ ਨਹੀਂ ਖਾਧਾ। ਮੇਰੀ ਗੱਲ ਸੁਣੋ, ਮੈਂ ਤੋਂ ਹੋਰ ਕੁਝ ਨਹੀਂ ਮੰਗਦੀ। ਜਾ ਕੀ ਕਰਨ ਲੱਗੀ ਹੈ ਗੁਲਜੀਤ? ਤੂੰ ਹਫ਼ਤੇ ਬੱਚਿਆਂ ਨੂੰ ਆਹ ਰੋਟੀ ਖਵਾਏਂਗੀ, ਇਕਬਾਲ ਜੀ ਕੀ ਸੋਚਣਗੇ? ਮੈਂ ਮਾਂ ਹੋ ਕੇ ਆਪਣੇ ਬੱਚਿਆਂ ਨੂੰ ਇਹ ਰੋਟੀ ਕਿਵੇਂ ਖਵਾ ਸਕਦੀ ਹਾਂ? ਸ਼ਾਇਦ ਠੀਕ ਹੀ ਕਹਿੰਦੀ ਸੀ ਪੱਪੀ, ਮੈਨੂੰ ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ। ਮੈਨੂੰ ਮਾਫ ਕਰਨਾ ਇਕਬਾਲ ਜੀ, ਮੈਂ ਗਲਤ ਰਸਤੇ ਤੇ ਜਾ ਰਹੀ ਹਾਂ। ਮੈਨੂੰ ਮਾਫ ਕਰਨਾ, ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਦੇਖ ਸਕਦੀ। ਕੁਲਜੀਤ ਤੂੰ ਇੱਥੇ, ਤੂੰ ਕੀ ਕਰਦੀ ਫਿਰਦੀ ਹੈ ਬਾਰਿਸ਼ 'ਚ ਬਾਹਰ? ਨਾਲੇ ਅੱਜ ਤੇਰੇ ਦਿਲ 'ਚ ਮਿਹਰ ਕਿੱਥੋਂ ਪੈ ਗਈ ਕਿ ਤੂੰ ਆਪ ਚੱਲ ਕੇ ਮੇਰੇ ਕੋਲ ਆਈ ਹੈ?
ਮੈਨੂੰ ਪੈਸੇ ਚਾਹੀਦੇ ਅਜਮੇਰ, ਮੇਰੇ ਬੱਚੇ ਭੁੱਖੇ ਹੈ। ਉਹਦੇ ਬਦਲੇ ਤੂੰ ਜੋ ਚਾਹੇ ਲੈ ਲਾ, ਮੇਰੀ ਇੱਜ਼ਤ, ਮੇਰੀ ਜਵਾਨੀ, ਜੀ ਤੇ ਤੇਰੀ ਹਮੇਸ਼ਾ ਤੋਂ ਅੱਖ ਸੀ। ਤੂੰ ਬਸ ਮੈਨੂੰ ਪੈਸੇ ਦੇ ਦੇ, ਮੈਂ ਆਪਣੇ ਬੱਚਿਆਂ ਨੂੰ ਰੋਂਦੇ ਨਹੀਂ ਵੇਖ ਸਕਦੀ। ਹੁਣ ਸਭ ਕੁਛ ਤੇਰਾ ਹੀ ਤਾਂ ਚੱਲੀਏ, ਮੈਂ ਤੈਨੂੰ ਕਿਸੇ ਚੀਜ਼ ਤੋਂ ਜਵਾਬ ਹੀ ਕਿਵੇਂ ਦੇ ਸਕਦਾ। ਇਸ ਵਿੱਚ ਮੇਰਾ ਵੀ ਕੋਈ ਕਸੂਰ ਨਹੀਂ, ਤੇਰੀ ਜਵਾਨੀ ਨੇ ਮੈਨੂੰ ਆਪੇ ਤੋਂ ਬਾਹਰ ਕਰ ਦਿੱਤਾ। ਤੂੰ ਫਿਕਰ ਨਾ ਕਰ, ਤੇਰੇ ਸਾਰੇ ਦੁੱਖ ਕੱਟ ਦੂੰ। ਤੂੰ ਫਿਕਰ ਨਾ ਕਰ ਕਿਸੇ ਗੱਲ ਦੀ। ਆ ਚੱਕ 5,000 ਰੁਪਈਆ, ਇਹ ਰੱਖ ਲੈ ਤੇ ਇੱਥੇ ਬਹਿ ਜਾ। ਤੂੰ ਇੱਥੇ ਬੈਠ ਤੇ ਮੈਂ ਹੁਣੇ ਆਇਆ। ਦੇਖ, ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ, ਚਾਹੇ ਕੁਛ ਵੀ ਹੋ ਜਾਏ ਆਪਣਾ ਇਮਾਨ ਕਦੇ ਨਾ ਡੁਲਾਈ। ਜੇ ਤੂੰ ਮੈਨੂੰ ਆਪਣਾ ਰੱਬ ਮੰਨਿਆ ਨਾ, ਤੇ ਬਸ ਫਿਰ ਇਸ ਰੱਬ ਨੂੰ ਕੁਛ ਵੀ ਹੋ ਜਾਏ, ਪਰ ਕਦੇ ਵੀ ਆਪਣੇ ਰੱਬ ਦੀ ਇੱਜ਼ਤ ਨੂੰ ਦਾਗ ਨਾ ਲਾਈ, ਚਾਹੇ ਇਹ ਰੱਬ ਉਸ ਰੱਬ ਨੂੰ ਪਿਆਰਾ ਹੀ ਕਿਉਂ। ਕਿੱਥੇ ਚੱਲੀ ਹੈ? ਉਹ ਪਏ ਤੇਰੇ ਪੈਸੇ, ਮੈਂ ਆਪਣਾ ਜ਼ਮੀਰ ਨਹੀਂ ਮਾਰ ਸਕਦੀ, ਮੈਨੂੰ ਜਾਣ ਦੇ। ਮੈਂ ਤੈਨੂੰ ਕਿਹਾ ਸੀ ਨਾ ਕਿ ਸਹੀ ਟਾਈਮ ਆਉਣ ਤੇ ਤੇਰਾ ਸ਼ਿਕਾਰ ਕਰੂੰਗਾ। ਅੱਜ ਉਹ ਸਹੀ ਟਾਈਮ ਆ ਗਿਆ, ਅੱਜ ਤੇਰਾ ਸ਼ਿਕਾਰ ਹੋਣਾ ਹੈ। ਮੈਨੂੰ ਛੱਡ ਦੇ ਅਜਮੇਰ, ਮੈਨੂੰ ਜਾਣ ਦੇ, ਮੈਨੂੰ ਛੱਡ ਦੇ ਅਜਮੇਰ। ਚੁੱਪ ਕਰਤੀ, ਹੌਸਲਾ ਰੱਖ, ਜ਼ਿੰਦਗੀ ਚ ਇੰਨੀ ਛੇਤੀ ਹਾਰ ਨਹੀਂ ਮੰਨੀਦੀ। ਪਰ ਮੇਰੇ ਕੋਲ ਤਾਂ ਹਾਰਨ ਲਈ ਕੁਛ ਵੀ ਨਹੀਂ ਹੈ ਬਾਬਾ ਜੀ, ਮੈਂ ਕੀ ਹਾਰ ਸਕਦੀ ਹਾਂ, ਸਭ ਕੁਛ ਤਾਂ ਖੋ ਲਿਆ ਇਸ ਦੁਨੀਆਂ ਨੇ ਮੇਰੇ ਕੋਲੋਂ। ਰੱਬ ਤੇਰੇ ਸਾਹਮਣੇ ਆ ਤੀਏ, ਇਸ ਤੋਂ ਸੱਚੇ ਦਿਲ ਨਾਲ ਮੰਗ, ਕੀ ਮੰਗਣਾ। ਮੈਨੂੰ ਤਾਂ ਹੁਣ ਇਹ ਵੀ ਪਤਾ ਨਹੀਂ ਲੱਗਦਾ ਕਿ ਮੈਂ ਮੰਗਣਾ ਕੀ ਹੈ। ਮੈਨੂੰ ਸਭ ਪਤਾ ਤੀਏ, ਤੂੰ ਫਿਕਰ ਨਾ ਕਰ, ਤੂੰ ਰੱਬ ਦੇ ਦਰ ਤੋਂ ਸਿਰਫ ਹਿੰਮਤ ਮੰਗ, ਬਾਕੀ ਮੈਂ ਹੈਗਾ। ਬਾਬਾ ਜੀ, ਮੈਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ, ਮੇਰੇ ਨਿੱਕੇ ਨਿੱਕੇ ਬੱਚੇ ਆ, ਮੈਂ ਉਹਨਾਂ ਨੂੰ ਲੈ ਕੇ ਕਿੱਧਰ ਜਾਵਾਂ। ਮੇਰੇ ਕੋਲ ਤਾਂ ਜ਼ਹਿਰ ਖਾਣ ਲਈ ਵੀ ਪੈਸਾ ਨਹੀਂ ਹੈ। ਪਰ ਮੈਂ ਹਿੰਮਤ ਨਹੀਂ ਹਾਰਨਾ ਚਾਹੁੰਦੀ ਬਾਬਾ ਜੀ, ਮੈਂ ਆਪਣੇ ਦਮ 'ਤੇ ਕੁਛ ਕਰਨਾ ਚਾਹੁੰਦੀ ਹਾਂ, ਮੈਂ ਖੇਤੀ ਕਰਨਾ ਚਾਹੁੰਦੀ ਹਾਂ ਬਾਬਾ ਜੀ। ਬਸ ਫਿਰ ਬਾਬੇ ਨਾਨਕ ਦਾ ਨਾਂ ਲੈ ਕੇ ਹਲ ਫੜ ਲਾ ਤੀਏ, ਬਾਬੇ ਨਾਨਕ ਨੇ ਤੇਰਾ ਹੱਥ ਆਪੇ ਫੜ ਲੈਣਾ, ਤੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ 'ਤੇ ਛੱਡ ਦੇ, ਮੈਂ ਪੜ੍ਹਾਊਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਲ। ਤੂੰ ਰੁੱਕ ਤੀਏ, ਮੈਂ ਆਉਣਾ। ਆ ਲੈ ਫੜ ਤੀਏ। ਬਾਬਾ ਜੀ ਪੈਸੇ, ਇਹ ਕੀ ਕਰ ਰਹੇ ਹੋ ਤੁਸੀਂ? ਸਾਰੀ ਸੰਗਤ ਦੇ ਪੈਸੇ ਇੱਕ ਬਦਨਾਮ ਔਰਤ ਨੂੰ? ਜ਼ਰਾ ਸੋਚ ਵੀ ਲਓ ਬਾਬਾ ਜੀ। ਜੇ ਮੈਂ ਤੈਨੂੰ ਆਖਾਂ ਸੋਚਣ ਵਾਸਤੇ, ਗੋਲਕ 'ਤੇ ਕੀ ਲਿਖਿਆ ਪੜਿਆ? ਗੁਰੂ ਕੀ ਗੋਲਕ, ਗਰੀਬ ਦਾ ਮੂੰਹ। ਵਿਚਾਰ ਵੀ ਲੈ, ਤੂੰ ਹੁਣ ਜਾ ਤੀਏ। ਵਾਹਿਗੁਰੂ। ਕੋਈ ਜਿਉਂਦਾ ਕੋਈ ਮਰਦਾ ਇੱਥੇ, ਕੋਈ ਡੁੱਬਦਾ ਕੋਈ ਤਰਦਾ ਇੱਥੇ, ਇਹ ਕਿਸਮਤ ਯਾਰਾ ਉਹਦੀ ਹੈ ਜੋ ਦੁੱਖਾਂ ਵਿੱਚ ਵੀ ਹੈ ਹੱਸਦਾ। ਤੂੰ ਤੁਰਿਆ ਜਾ ਮਾੜਾ
टाइम ही सीधे राह दसदा। तू तुरे आ जा, तू तुरे आ जा, माड़ा टाइम ही सीधे राह दसदा। ਰੁੱਖਾਂ ਦੇ ਵਾਂਗੂ ਖੜੀ ਨਾ ਤੂੰ, ਇਹ ਨਾਲ ਹਵਾਵਾਂ ਉੱਡ ਜਾਂਦੇ ਪੱਤਿਆਂ ਦੇ ਵਾਂਗੂ ਚੜੀ ਨਾ ਤੂੰ, ਇਹ ਲਾਉਣ ਵਾਲੇ ਹੀ ਵੱਢ ਲੈਂਦੇ ਰੁੱਖਾਂ ਦੇ ਵਾਂਗੂ ਖੜੀ ਨਾ ਤੂੰ। ਅੜਦੀਆਂ ਜੜਾਂ ਜੋ ਪੱਟਣੀਆਂ ਨੇ ਤੂੰ ਵਾਂਗ ਵਰੋਲੇ ਰਹਿ ਨੱਸਦਾ। ਤੂੰ ਤੁਰਿਆ ਜਾ, ਤੂੰ ਤੁਰਿਆ ਜਾ, ਟਾਈਮ ਹੀ ਸਿੱਧੇ ਰਾਹ ਦੱਸਦਾ। ਤੂੰ ਤੁਰਿਆ ਜਾ, ਤੂੰ ਤੁਰਿਆ ਜਾ, ਮਾੜਾ ਟਾਈਮ ਹੀ ਸਿੱਧੇ ਰਾਹ ਦੱਸਦਾ। ਚੱਕ ਯਾਰੀ ਦੇ ਦੇ ਚੀਰਾ ਵੇ ਅੰਗ ਜ਼ਖਮੀ ਜੋ ਰਿਸਦੇ ਨੂੰ, ਇਹ ਦੁਨੀਆ ਕਰਦੀ ਚੜ੍ਹਦੇ ਨੂੰ ਤੂੰ ਕਰ ਸਲਾਮਾਂ ਛਿਪਦੇ ਨੂੰ। ਚੱਕ ਯਾਰੀ ਦੇ ਦੇ ਚੀਰਾਵੇ ਅੰਗ ਜ਼ਖਮੀ ਜੋ ਰਿਸਦੇ ਨੂੰ, ਇਹ ਦੁਨੀਆ ਕਰਦੀ ਚੜ੍ਹਦੇ ਨੂੰ ਤੂੰ ਕਰ ਸਲਾਮਾਂ ਛਿਪਦੇ ਨੂੰ। ਫਿਰ ਜ਼ਿੰਦਗੀ ਵਿੱਚ ਸਵੇਰ ਆਏ ਜਦ ਚੜ੍ਹਦਾ ਸੂਰਜ ਹੈ ਡੱਸਦਾ। ਤੂੰ ਤੁਰਿਆ ਜਾ, ਤੂੰ ਤੁਰਿਆ ਜਾ, ਮਾੜਾ ਟਾਈਮ ਹੀ ਸਿੱਧੇ ਰਾਹ ਦੱਸਦਾ। ਤੂੰ ਤੁਰਿਆ ਜਾ, ਤੂੰ ਤੁਰਿਆ ਜਾ, ਮਾੜਾ ਟਾਈਮ ਹੀ ਸਿੱਧੇ ਰਾਹ ਦੱਸਦਾ। ਮੰਜ਼ਿਲ ਵੀ ਤੇਰੀ ਹੋਣੀ ਏ, ਸਬਰਾਂ ਵੀ ਤੇਰੇ ਹੋਣੇ ਨੇ, ਤੈਨੂੰ ਦੇਖ ਕੇ ਟਿਚਰਾ ਕਰਦੇ ਨੇ ਤੇਰੇ ਪੈਰ ਓ ਨਾ ਹੀ ਛੋਣੇ ਨੇ। ਮੰਜ਼ਿਲ ਵੀ ਤੇਰੀ ਹੋਣੀ ਏ, ਸਬਰਾਂ ਵੀ ਤੇਰੇ ਹੋਣੇ ਨੇ, ਤੈਨੂੰ ਦੇਖ ਕੇ ਟਿਚਰਾ ਕਰਦੇ ਨੇ ਤੇਰੇ ਪੈਰ ਓ ਨਾ ਹੀ ਛੋਣੇ ਨੇ। ਹੀਰੇ ਦੀ ਓਨੀ ਚਮਕ ਵਧੇ ਜਿੰਨਾ ਜ਼ਿਆਦਾ ਹੈ ਕਸਦਾ। ਤੂੰ ਤੁਰਿਆ ਜਾ, ਤੂੰ ਤੁਰਿਆ ਜਾ, ਮਾੜਾ ਟਾਈਮ ਹੀ ਸਿੱਧੇ ਰਾਹ ਦੱਸਦਾ। ਤੂੰ ਤੁਰਿਆ ਜਾ, ਤੂੰ ਤੁਰਿਆ ਜਾ, ਮਾੜਾ ਟਾਈਮ ਹੀ ਸਿੱਧੇ ਰਾਹ ਦੱਸਦਾ। ਹਾਂ ਹਾਂ ਹਾਂ, ਸਤਿ ਸ਼੍ਰੀ ਅਕਾਲ ਜੀ, ਬੈਠੋ ਭੈਣ। ਤੁਹਾਡਾ ਹਿਸਾਬ ਕਿਤਾਬ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ। ਆਹ ਤੁਸੀਂ ਲਓ, ਤੁਹਾਡੀ ਮਿਹਨਤ ਦੀ ਸਾਰੀ ਕਮਾਈ। ਆਹ ਨਾਲ ਪਰਚੀ ਹੈ, ਇਹਦੇ 'ਚ ਸਾਰਾ ਹਿਸਾਬ ਕਿਤਾਬ ਕੀਤਾ ਹੈ। ਬੜੇ ਗੇੜੇ ਮਾਰਦੀਆਂ ਭੈਣੇ, ਥੱਕ ਜਾਂਦੀ ਹੋਊਗੀ ਸਾਰਾ ਦਿਨ ਗੇੜੇ ਮਾਰ ਮਾਰ ਕੇ। ਕੋਈ ਗੱਲ ਨਹੀਂ ਭਰਾ ਜੀ, ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਮੇਰੀ ਆਪਣੀ ਟਰੈਕਟਰ ਟਰਾਲੀ ਹੋਊਗੀ। ਮਾਲਕ ਭਲਾ ਕਰੇ।